ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਰੋਧੀਆਂ ਨੂੰ ਖੁੱਲ੍ਹੀ ਬਹਿਸ ਦਾ ਜਿਹੜਾ ਕਿ ਸੱਦਾ ਦਿੱਤਾ ਗਿਆ ਸੀ ਤਾਂ ਦੱਸ ਦਈਏ ਕਿ ਟਵੀਟ ਕਰਕੇ ਉਹਨਾਂ ਨੇ ਸੱਦਾ ਦਿੱਤਾ ਸੀ ਡਿਬੇਟ ਕਰਨ ਦਾ 1 ਨਵੰਬਰ ਨੂੰ ਤਾਂ ਅੱਜ ਯਾਨੀ ਕਿ 1 ਨਵੰਬਰ ਨੂੰ ਡਿਬੇਟ ਕੀਤੀ ਗਈ ਸੀ ਤਾਂ ਡਿਬੇਟ ਦੇ ਵਿੱਚ ਜਿਹੜੇ ਕਿ ਵਿਰੋਧੀ ਪਾਰਟੀਆਂ ਦੇ ਜਿਹੜੇ ਕਿ ਆਗੂ ਸੀਗੇ ਤਾਂ ਵੱਡੇ ਵੱਡੇ ਲੀਡਰ ਜਿਹੜੇ ਕਿ ਪ੍ਰਤਾਪ ਬਾਜਵਾ ਰਾਜਾ ਵੜਿੰਗ ਅਤੇ ਸੁਖਬੀਰ ਬਾਦਲ ਅਤੇ ਸੁਨੀਲ ਜਾਖੜ ਜਿਹੜੇ ਕਿ ਇਹਨਾਂ ਨੇ ਕਿਨਾਰਾ ਕਰ ਲਿਆ ਉਹਨਾਂ ਨੇ ਡਿਬੇਟ ਦੇ ਵਿੱਚ ਆਉਣ ਤੋਂ ਮਨਾ ਕਰ ਦਿੱਤਾ ਹੈ ਤਾਂ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਦੇ ਨਾਲ ਜਿਹੜੀ ਕਿ ਕੁਰਸੀਆਂ ਲਗਾਈਆਂ ਗਈਆਂ ਸੀ ਇਹਨਾਂ ਦੀ ਵਿਰੋਧੀ ਪਾਰਟੀਆਂ ਦੀ ਤਾਂ ਉਹ ਖਾਲੀ ਰਹਿ ਗਈਆਂ ਦੱਸ ਦਈਏ ਕਿ ਜਿਸ ਨੂੰ ਲੈ ਕੇ ਸੁਨੀਲ ਜਾਖੜ ਨੇ ਇੱਕ ਟਵੀਟ ਵੀ ਕੀਤਾ ਹੈ ਅਤੇ ਆਪਣਾ ਨਾ ਆਉਣ ਦਾ ਹਵਾਲਾ ਵੀ ਦਿੱਤਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜਿਹੜੇ ਕਿ ਲੁਧਿਆਣਾ ਦੇ ਵਿੱਚ ਚੱਪੇ ਚੱਪੇ ਅਤੇ ਪੁਲਿਸ ਜਿਹੜੇ ਕਿ ਤੈਨਾਤ ਕਰਨ ਦੇ ਸਰਕਾਰ ਦੇ ਵੱਡੇ ਸਵਾਲ ਵੀ ਖੜੇ ਕੀਤੇ ਨੇ ਉਹਨਾਂ ਨੇ ਮੁੱਖ ਮੰਤਰੀ ਦੇ ਨਾਮ ਜਿਹੜਾ ਕਿ ਇੱਕ ਟਵੀਟ ਵੀ ਸਾਂਝਾ ਕੀਤਾ ਹੈ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਉਹਨਾਂ ਨੇ ਕੀ ਕੁਛ ਕਿਹਾ ਹੈ ਤੁਹਾਨੂੰ ਦੱਸ ਦੇ ਕਿ ਸੁਨੀਲ ਜਾਖੜ ਨੇ ਕਿਹਾ ਹੈ ਕਿ ਭਗਵੰਤ ਮਾਨ ਜੀ ਤੁਹਾਡੀ ਪੁਲਿਸ ਆਮ ਲੋਕਾਂ ਨੂੰ ਬਹਿਸ ਦੇ ਵਿੱਚ ਵੜਨ ਹੀ ਨਹੀਂ ਦੇ ਰਹੀ ਹੈ ਤਾਂ ਜੇਕਰ ਤੁਸੀਂ ਇਹ ਸਭ ਹੀ ਕਰਨਾ ਸੀ ਤਾਂ ਬਿਨਾਂ ਵਰਦੀ ਪੁਲਿਸ ਨੂੰ ਦਰਸ਼ਕਾਂ ਵਾਲੀ ਥਾਂ ਬਿਠਾ ਕੇ ਇਹ ਪ੍ਰੋਗਰਾਮ ਪੁਲਿਸ ਅਕੈਡਮੀ ਫਲੋਰ ਦੇ ਵਿੱਚ ਕਰ ਲੈਣਾ ਸੀ ਤਾਂ ਨਾ ਲੁਧਿਆਣਾ ਸ਼ਹਿਰ ਸੀਲ ਕਰਨ ਦੀ ਲੋੜ ਸੀ ਅਤੇ ਨਾ ਪੰਜਾਬੀਆਂ ਨੂੰ ਖੱਜਲ ਖੁਆਰ ਹੋਣਾ ਪੈਣਾ ਸੀ ਤਾਂ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਨੂੰ ਜਿਹੜਾ ਕਿ ਪਲਟਵਾਰ ਜਵਾਬ ਦਿੱਤਾ ਹੈ ਸੁਨੀਲ ਜਾਖੜ ਨੇ ਤਾਂ ਆਓ ਤੁਹਾਨੂੰ ਉਹ ਵੀਡੀਓ ਵੀ ਸੁਣਾ ਦਿੰਦੇ ਹਾਂ ਜਿਸ ਦੇ ਵਿੱਚ ਸੁਨੀਲ ਜਾਖੜ ਨੇ ਸੀਐਮ ਭਗਵੰਤ ਮਾਨ ਨੂੰ ਇਹ ਗੱਲਾਂ ਆਖੀਆਂ ਨੇ। ਸਤਿ ਸ਼੍ਰੀ ਅਕਾਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ, ਅੱਜ ਤਾਂ ਤੁਸੀਂ ਉਹੀ ਗੱਲ ਕਰਤੀ, ਖੋਦਾ ਪਹਾੜ ਨਿਕਲੇ ਚੁਈਆ। ਬਹੁਤ ਪੰਜਾਬ ਅੱਜ ਆਸ ਉਮੀਦ ਕਰ ਰਿਹਾ ਸੀ ਵੀ ਉੱਥੇ ਤੁਹਾਡੇ ਇਸ ਮੈਂ ਪੰਜਾਬ ਬੋਲਦਾ ਹਾਂ ਪ੍ਰੋਗਰਾਮ ਦੇ ਅੰਦਰ ਪੰਜਾਬ ਦੀ ਦਰਦ, ਪੰਜਾਬ ਦੀ ਗਾਥਾ, ਪੰਜਾਬ ਦੇ ਨਾਲ ਜੋ ਧੋਖਾ ਹੋਇਆ ਉਹਦੇ 'ਤੇ ਕੋਈ ਚਾਨਣਾ ਪਾਉਂਗੇ। ਪਰ ਇਹ ਗੱਲਾਂ ਤਾਂ ਬਹੁਤ ਦੂਰ ਰਹਿ ਗਈਆਂ, ਜਿਹੜਾ ਮੇਨ ਮੁੱਦਾ ਤਾਂ ਬਹੁਤ ਦੂਰ ਰਹਿ ਗਿਆ। ਮੈਨੂੰ ਉੱਥੇ ਕਿਤੇ ਪੰਜਾਬ ਦੀ ਆਵਾਜ਼ ਵੀ ਨਹੀਂ ਸੁਣਾਈ ਦਿੱਤੀ। ਮੈਂ ਤਾਂ ਇੱਥੇ ਤਾਂ ਇਹ ਕਹੂੰਗਾ ਪੰਜਾਬ ਦੀ ਆਵਾਜ਼ ਤਾਂ ਬਹੁਤ ਦੂਰ ਦੀ ਗੱਲ ਸੀ, ਮੈਨੂੰ ਤਾਂ ਉੱਥੇ ਸਤੌਜ ਦੇ ਮਾਸਟਰ ਜੀ ਦੇ ਮੁੰਡੇ ਦੀ ਆਵਾਜ਼ ਵੀ ਸੁਣਾਈ ਨਹੀਂ ਦਿੱਤੀ। ਮੈਨੂੰ ਤਾਂ ਉੱਥੇ ਕੇਜਰੀਵਾਲ ਸਾਹਿਬ ਦੇ ਨੁਮਾਇੰਦੇ ਦੀ ਆਵਾਜ਼ ਸੁਣਾਈ ਦਿੱਤੀ, ਕੇਜਰੀਵਾਲ ਸਾਹਿਬ ਦੇ ਜਿਸ ਤਰ੍ਹਾਂ ਕਹਿੰਦੇ ਨੇ ਮਾਸਟਰਸ ਵੋਇਸ ਇਜ਼ ਮਾਸਟਰਸ ਵੋਇਸ ਵਾਲੀ ਆਵਾਜ਼ ਮੈਨੂੰ ਉੱਥੇ ਸੁਣਾਈ ਦਿੱਤੀ। ਕਿਉਂਕਿ ਜੇ ਉੱਥੇ ਪੰਜਾਬ ਦਾ ਮੁੰਡਾ ਸਤੌਜ ਦਾ ਮੁੰਡਾ ਬੋਲਦਾ ਹੁੰਦਾ ਤਾਂ ਜ਼ਰੂਰ ਇਸ ਗੱਲ 'ਤੇ ਵੀ ਅਸੀਂ ਜਿਹੜਾ ਅਸੀਂ ਪੰਜਾਬ ਦੇ ਜਾ ਕੇ ਗੋਡੇ ਟੇਕੇ ਹੈ ਸੁਪਰੀਮ ਕੋਰਟ ਦੇ ਅੰਦਰ ਉਹਦੇ ਉੱਤੇ ਚਾਨਣਾ ਪਾਉਂਦੇ, ਪੰਜਾਬ ਦੀ ਜਨਤਾ ਤੋਂ ਮਾਫ਼ੀ ਮੰਗਦੇ ਅਤੇ ਉਹਦੇ ਬਾਅਦ ਲੋਕਾਂ ਨੂੰ ਯਕੀਨ ਦਵਾਉਂਦੇ ਵੀ ਅਸੀਂ ਸਾਰੇ ਪੰਜਾਬ ਨੂੰ ਇਕੱਠੇ ਹੋ ਕਰਕੇ ਪੰਜਾਬ ਦੇ ਪਾਣੀਆਂ ਦੀ ਉੱਤੇ ਪਹਿਰਾ ਦੇਵਾਂਗੇ। ਤੁਸੀਂ ਬਾਕੀਆਂ ਦੇ ਉੱਤੇ ਸਾਰਿਆਂ ਦੇ ਖਾਤੇ ਫਰੋਲ ਤੇ, ਪਰ ਤੁਸੀਂ ਜਿਹੜਾ ਤਾਜ਼ਾ ਤਾਜ਼ਾ ਚੰਨ ਚਾੜ ਕੇ ਆਏ ਹੋ ਸੁਪਰੀਮ ਕੋਰਟ ਦੇ ਅੰਦਰ, ਜੇ ਉਹਦਾ ਤੁਸੀਂ ਠੀਕਰਾ ਕਿਸੇ ਏ ਜੀ ਦੇ ਸਿਰ 'ਤੇ ਜਾਂ ਵਕੀਲਾਂ ਦੇ ਸਿਰ 'ਤੇ ਨਹੀਂ ਫੋੜ ਸਕਦੇ, ਕਿਉਂਕਿ ਇਹ ਕਿ ਤੁਹਾਡੀ ਸੋਚੀ ਸਮਝੀ ਸਾਜਿਸ਼ ਸੀਗੀ। ਉਹਦੀ ਮਾਫ਼ੀ ਅੱਜ ਪੰਜਾਬ ਸੁਣਨਾ ਚਾਹੁੰਦਾ ਸੀ ਪੰਜਾਬ ਦੇ ਮੂੰਹੋਂ, ਕਿਉਂਕਿ ਤੁਸੀਂ ਆਪਣੇ ਮੋਢਿਆਂ 'ਤੇ ਐਡਾ ਵੱਡਾ ਆਪਣੇ ਆਪ ਨੂੰ ਪੰਜਾਬ ਦੀ ਆਵਾਜ਼, ਕਿਉਂਕਿ ਲੋਕਾਂ ਨੂੰ ਤੁਸੀਂ ਮੌਕਾ ਦਿੱਤਾ, ਅਸੀਂ ਲੋਕਾਂ ਦੇ ਉਸ ਫਤਵੇ ਦਾ ਸਤਿਕਾਰ ਕਰਦੇ ਹਾਂ। ਪਰ ਭਗਵੰਤ ਮਾਨ ਜੀ, ਤੁਹਾਨੂੰ ਵੀ ਚਾਹੀਦਾ ਵੀ ਉਹਨਾਂ ਦਾ ਲੋਕਾਂ ਦੇ ਇਸ ਭਾਵਨਾ ਦਾ ਸਤਿਕਾਰ ਕਰੋ ਜਿਹੜਾ ਮੈਨੂੰ ਅੱਜ ਉੱਥੇ ਦਿਸਿਆ ਨਹੀਂ। ਇੱਕ ਹੋਰ ਗੱਲ ਜਿਹੜੀ ਮੈਂ ਦੇਖੀ ਭਗਵੰਤ ਮਾਨ ਜੀ, ਦੂਜੀ ਗੱਲ ਜਿਹੜੀ ਮੈਨੂੰ ਚੁਭੀ, ਮੈਂ ਆਪਣੇ ਨਿੱਜੀ ਤੌਰ 'ਤੇ ਕਹਿ ਰਿਹਾ, ਉਹਦੇ 'ਚ ਮੈਨੂੰ ਪੰਜਾਬ ਦੀ ਥਾਂ, ਕਿਉਂਕਿ ਪੰਜਾਬ ਦੇ ਅੰਦਰ ਅਹੰਕਾਰ ਹੈ ਨਹੀਂ। ਤੁਸੀਂ ਗੁਰੂ ਸਾਹਿਬ ਦਾ ਬਹੁਤ ਵਾਰੀ ਨਾਮ ਲਿਆ, ਗੁਰੂ ਸਾਹਿਬਾਂ ਨੇ ਤਾਂ ਕਿਹਾ ਭਗਵੰਤ ਮਾਨ ਜੀ ਅਹੰਕਾਰਿਆ ਸੋ ਮਾਰਿਆ। ਤੁਸੀਂ ਤਾਂ ਮਨ ਤੋਂ ਉੱਥੇ ਪੰਜਾਬ ਦੀ ਤਾਂ ਅਹੰਕਾਰ ਬੋਲਦਾ ਸੁਣਿਆ। ਤੁਸੀਂ ਯਾਦ ਕਰੋ ਕੁਛ ਦਿਨ ਪਹਿਲਾਂ ਤੁਸੀਂ ਇੱਕ ਬੜਾ ਉੱਥੇ ਨਾਟਕ ਕੀਤਾ ਸੀ ਵਿਧਾਨ ਸਭਾ 'ਚ ਅੰਦਰ, ਯੂ ਕਾਲਡ ਅ ਸੈਸ਼ਨ, ਜਿਹਨੂੰ ਕਹਿੰਦੇ ਸੀ ਸੈਸ਼ਨ ਵਿਚ ਵਾਜ਼ ਨੋ ਸੈਸ਼ਨ, ਇਲੀਗਲ ਸੈਸ਼ਨ, ਔਰ ਵੈਦਰ ਇਟ ਵਾਜ਼ ਲੀਗਲ ਹੈ ਤਾਂ ਅਜੇ ਵੀ ਲੋਕ ਦੱਸਣਗੇ। ਪਰ ਤੁਸੀਂ ਉੱਥੇ ਸਭ ਤੋਂ ਵੱਡਾ ਇਤਰਾਜ਼ ਜਚਾਇਆ ਸੀਗਾ ਵੀ ਲੀਡਰ ਆਫ ਓਪੋਜੀਸ਼ਨ ਤੁਹਾਨੂੰ ਤੂੰ ਤੂੰ ਕਹਿ ਕੇ ਗੱਲ ਕਰ ਰਿਹਾ। ਅੱਜ ਮੈਂ ਨਹੀਂ ਸਮਝਦਾ ਵੀ ਤੁਹਾਡੀ ਬੋਲੀ ਜਿਹੜੇ ਲੋਕ ਉੱਥੇ ਨਹੀਂ ਆਏ, ਕਿਉਂਕਿ ਤੁਸੀਂ ਉਹਨਾਂ ਨੂੰ ਆਉਣ ਜੋਗਾ ਛੱਡਿਆ ਨਹੀਂ, ਪੁਲਿਸ ਨਹੀਂ ਲਾ ਰੱਖੀ ਸੀ ਬੰਦੇ ਤੋਂ, ਉੱਥੇ ਸਾਰੇ ਖਾਸ ਹੀ ਆਏ। ਆਮ ਆਦਮੀ ਦੀ ਸਰਕਾਰ ਹੋਵੇ, ਆਮ ਬੰਦਿਆਂ ਦੀ ਗੱਲ ਕਰਦੇ ਹੋ, ਕਲਚਰ ਖਤਮ ਕਰਤਾ ਬੀ ਏ ਪੀ, ਅਤੇ ਪੁਲਿਸ ਤੁਹਾਡੀ ਕਹਿ ਰਹੀ ਹੈ ਵੀ ਆਮ ਆਦਮੀ ਨੂੰ ਤਾਂ ਅਸੀਂ ਪੀ ਏ ਯੂ 'ਚ ਵੜਨ ਨਹੀਂ ਦੇਣਾ, ਫਿਰ ਅਸੀਂ ਕਿੱਧਰ ਆ ਸਕਦੇ ਸੀ ਉੱਥੇ ਤੁਹਾਡੇ ਕੋਲ। ਪਰ ਚਲੋ ਛੱਡੋ ਉਸ ਗੱਲ ਨੂੰ, ਦੱਸੋ ਵੀ ਤੁਸੀਂ ਸਾਰਿਆਂ ਨੂੰ ਕਿਹੜੇ ਲਹਿਜੇ 'ਚ ਗੱਲ ਕੀਤੀ, ਕੀ ਇੱਕ ਮੁੱਖ ਮੰਤਰੀ ਦੇ ਅਹੁਦੇ ਨੂੰ ਉਹ ਲਹਿਜਾ ਸ਼ੋਭਾ ਦਿੰਦਾ। ਦੂਜੀ ਗੱਲ ਭਗਵੰਤ ਮਾਨ ਜੀ, ਮੈਂ ਨਹੀਂ ਸੀ ਚਾਹੁੰਦਾ ਵੀ ਮੈਂ ਮਾਸਟਰ ਜੀ ਦਾ ਨਾਂ ਇਸ ਡਿਬੇਟ ਦੇ ਵਿੱਚ ਕਿਤੇ ਲੈ ਕੇ ਆਵਾਂ,
ਪਰ ਇੱਕ ਮੈਂ ਤੁਹਾਨੂੰ ਦੱਸਦਾ ਭਗਵੰਤ ਮਾਨ ਜੀ, ਤੁਸੀਂ ਪਹਿਲਾਂ ਵੀ ਮੇਰੇ ਪਿਤਾ ਚੌਧਰੀ ਬਲਰਾਮ ਜਾਖੜ ਜੀ ਦੇ ਨਾਂ ਇੱਕ ਦਿਨ ਲਿਆ। ਉਹ ਦਿਨ ਮੈਂ ਟਾਲਤਾ, ਮੈਂ ਕਿਹਾ ਭਗਵੰਤ ਮਾਨ ਜੀ ਨੇ ਕਿਤੇ ਲਾਹੌਰ 'ਚ ਕਹਿਤਾ ਹੋਣਾ, ਫੋਟੋ ਸ਼ਾਇਦ ਸਾਹਮਣੇ ਉਹਨਾਂ ਨੂੰ ਪਛਾਣੀ ਨਹੀਂ ਗਈ ਹੋਣੀ ਕਿਸੇ ਹੋਰ ਬੰਦੇ ਨੂੰ, ਉਹਨਾਂ ਨੇ ਚੌਧਰੀ ਬਲਰਾਮ ਦਾ ਰੂਪ ਦੇਖ ਲਿਆ ਹੋਣਾ। ਪਰ ਅੱਜ ਤੁਸੀਂ ਫਿਰ ਮੇਰੇ ਪਿਤਾ ਚੌਧਰੀ ਬਲਰਾਮ ਜੀ ਦਾ ਵੇਰਵਾ ਦਿੱਤਾ ਵੀ ਪਹਿਲਾਂ ਤੁਸੀਂ ਕਹਿ ਰਹੇ ਸੀ ਤੁਸੀਂ ਫੋਟੋ 'ਚ ਦੇਖਿਆ, ਹੁਣ ਤੁਸੀਂ ਉਹਨਾਂ ਨੇ ਹਵਾਈ ਜਹਾਜ਼ ਦੇ ਨਾਲ ਧਰਮਿੰਦਰਾ ਜੀ ਦੇ ਨਾਲ ਦੇਖ ਲਿਆ। ਭਗਵੰਤ ਮਾਨ ਜੀ, ਮਾਫ਼ੀ ਮੰਗੋ ਜਾਂ ਉਹ ਫੋਟੋ ਲੈ ਕੇ ਆਓ, ਨਹੀਂ ਤਾਂ ਭਗਵੰਤ ਮਾਨ ਜੀ ਮੈਂ ਮਜਬੂਰ ਹੋ ਗਏ। ਮੈਂ ਦੇਖੋ, ਇੱਕ ਮੇਰੇ ਸਾਥੀਆਂ ਨੇ ਕੰਪਲੇਂਟ ਤਾਂ ਤੁਹਾਡੇ ਆਈ ਟੀ ਮਹਿਕਮੇ ਦੇ ਖਿਲਾਫ਼ ਕ੍ਰਿਮੀਨਲ ਕੰਪਲੇਂਟ ਤਿਆਰ ਕਰ ਰੱਖੀ ਸੀ, ਵੀ ਮੈਂ ਪਾਈ ਨਹੀਂ। ਜੇ ਮਾਫ਼ੀ ਨਾ ਮੰਗੋਗੇ ਤਾਂ ਮੈਨੂੰ ਮਜਬੂਰ ਕਰੋਗੇ ਵੀ ਤੁਹਾਡੀ ਇਸ ਝੂਠ ਦਾ ਪਰਦਾ, ਮੈਂ ਕੋਰਟ ਦੇ ਵਿੱਚ ਜਾ ਕੇ ਕੋਈ ਤੁਹਾਡੇ ਤੋਂ ਮੈਂ ਮੁਆਵਜ਼ਾ ਨਹੀਂ ਲੈਣਾ, ਪਰ ਆਪਣੀ ਝੂਠ ਦੀ ਮਾਫ਼ੀ ਤੁਹਾਡੇ ਤੋਂ ਜ਼ਰੂਰ ਮੈਂ ਮੰਗਵਾ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਤੁਹਾਡਾ ਝੂਠ ਬੋਲਣ ਦਾ ਜਿਹੜਾ ਇੱਕ ਸਲੀਕਾ ਤੁਸੀਂ ਬਣਾ ਲਿਆ, ਇੱਕ ਤੌਰ ਤਰੀਕਾ ਹੈ, ਨੋਰਮਲ ਸਟੈਂਡਿੰਗ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਜਿਹੜਾ ਬਣਾ ਲਿਆ, ਉਹ ਮੈਂ ਜ਼ਰੂਰ ਕਰੂੰਗਾ। ਬਾਕੀ ਰਹੀ ਮੁੱਦਿਆਂ ਦੀ ਗੱਲ, ਤੁਸੀਂ ਕੱਲ੍ਹ ਜਿਹੜੇ ਚਾਰ ਮੁੱਦੇ ਕਹੇ ਸੀ ਉਹ ਮੁੱਦੇ ਛੱਡ ਕੇ ਅੱਜ ਐਸ ਵਾਈ ਐਲ 'ਤੇ ਆ ਗਏ। ਤੁਸੀਂ ਡਰਦੇ ਸੀ, ਅੱਜ ਤੁਹਾਨੂੰ ਇੰਨਾ ਹੌਸਲਾ ਹੋ ਗਿਆ ਵੀ ਬਾਕੀ ਕੋਈ ਆਏ ਨਹੀਂ ਅਤੇ ਅੱਜ ਤੁਸੀਂ ਐਸ ਵਾਈ ਐਲ ਛੇੜ ਕੇ ਬਹਿ ਗਏ। ਭਗਵੰਤ ਮਾਨ ਜੀ, ਮੈਨੂੰ ਇੱਕ ਦੋ ਦਿਨ ਦਿਓ, ਉਹਦੇ ਬਾਅਦ ਕਰੂੰਗਾ ਗੱਲ। ਉਹਦਾ ਵੀ ਕਾਰਨ ਹੈ, ਆਹੀਂ ਨਹੀਂ ਮੈਂ ਤਿਆਰ ਨਹੀਂ, ਤਿਆਰੀ ਤਾਂ ਮੇਰੇ ਕੋਲ ਪੂਰੀ ਹੈ। ਮੈਂ ਕੱਲ੍ਹ ਵੀ ਕਹਿ ਕੇ ਹੱਟਾ ਸੀ ਵੀ ਇੰਨੀ ਤਿਆਰੀ ਹੈ, ਸ਼ਾਮਾਂ ਪੈ ਜਾਣਗੀਆਂ ਮੈਂ ਤੁਹਾਡੇ ਖਾਤੇ ਖੋਲਣ ਲੱਗਿਆ। ਪਰ ਕਿਉਂਕਿ ਕੱਲ੍ਹ ਪੰਜਾਬ ਵੀ ਅਤੇ ਤੁਸੀਂ ਵੀ ਉੱਧਰ ਉਲਝੇ ਹੋਵੋਗੇ, ਕਿਉਂਕਿ ਤੁਹਾਡੇ ਜਿਹੜੇ ਪੋਲੀਟੀਕਲ ਮਾਸਟਰ ਜਿਹਨਾਂ ਨੂੰ ਕਹਿੰਦਾ ਸੀ ਵੀ ਉਹ ਮਾਸਟਰਸ ਵੋਇਸ ਮੈਨੂੰ ਸੁਣਾਈ ਦੇ ਰਹੀ ਸੀ, ਕੱਲ੍ਹ ਮਾਸਟਰ ਜੀ ਦਾ ਵੀ ਇਮਤਿਹਾਨ ਹੈ, ਜਿਹੜੇ ਕਹਿੰਦੇ ਸੀ ਅਸੀਂ ਪੋਲੀਟਿਕਸ ਕਰਨ ਨਹੀਂ ਆਏ, ਅਸੀਂ ਪੋਲੀਟਿਕਸ ਸਿਖਾਉਣ ਆਏ ਹਾਂ। ਕੱਲ੍ਹ ਉਹਨਾਂ ਦੀ ਪੋਲੀਟਿਕਸ ਦੇ ਉੱਤੇ ਵੀ ਦਿੱਲੀ ਦੇ ਅੰਦਰ ਪਰਦਾ ਉੱਠਣੇ ਵਾਲਾ ਹੈ, ਸੱਚ ਸਾਹਮਣੇ ਆਉਣੇ ਵਾਲਾ ਹੈ। ਸੋ ਉਹਦਾ ਇੰਤਜ਼ਾਰ ਕਰ ਲਈਏ, ਦੋ ਦਿਨ ਖੜੋ, ਤੁਹਾਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਤਸੱਲੀ ਕਰਾਵਾਂਗੇ। ਤੁਹਾਡੇ 'ਚ ਤਾਂ ਮੈਨੂੰ ਪੰਜਾਬ ਸੁਣਾਈ ਦਿੱਤਾ ਨਹੀਂ, ਪਰ ਮੈਂ ਪੰਜਾਬ ਦੀਆਂ ਗੱਲਾਂ ਤੁਹਾਡੇ ਕੰਨਾਂ ਦੇ ਅੰਦਰ ਜਿਹੜੀ ਸੱਤਾ ਦੇ ਅਹੰਕਾਰ ਨਾਲ ਅੱਜ ਡਾਟੇ ਤੁਹਾਡੇ ਲੱਗੇ ਉਹ ਸਾਰੇ ਖੋਲੂੰਗਾ। ਜੈ ਹਿੰਦ।